ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਜਗਸੀਰ ਖੀਵਾ ਉਫ ਖੀਵਾ ਚਹਿਲ। ਹਾਂਜੀ, ਅੱਜ ਅਸੀਂ ਜਿਹੜਾ ਬਲੌਗ ਸਟਾਰਟ ਕਰਿਆ ਇਹ ਸਾਰਿਆਂ ਵਾਸਤੇ ਸਰਪ੍ਰਾਈਜ਼ ਹੀ ਆ, ਸਾਡੇ ਵਾਸਤੇ ਵੀ ਸਰਪ੍ਰਾਈਜ਼ ਹੀ ਸੀ ਕਿਉਂਕਿ ਬਹੁਤ ਟਾਈਮ ਹੋ ਗਿਆ ਸੀ ਜਿਹੜੇ ਦਿਨ ਦੀ ਉਡੀਕ ਕਰਦੇ ਸੀ, ਅੱਜ ਉਹ ਦਿਨ ਆ ਗਿਆ ਕਿਉਂਕਿ ਸਾਨੂੰ ਵੀ ਬਹੁਤ ਜ਼ਿਆਦਾ ਐਕਸਾਈਟਮੈਂਟ ਸੀਗੀ ਕਿਉਂਕਿ ਸਾਡੀ ਮੈਰਿਜ ਨੂੰ 1.5 ਸਾਲ ਹੋ ਗਿਆ ਅਤੇ ਸਾਡੀ ਜਿਹੜੀਆਂ ਐਲਬਮ ਪਰ ਉਹ ਹੋਣ ਆਈਆਂ ਨੇ। ਅਤੇ ਅਸਲ 'ਚ ਇਹ ਬੱਗੇ ਕਰਕੇ ਸਾਰਾ ਕਿਹੜੇ ਬਹੁਤ ਟਾਈਮ ਸਾਨੂੰ ਲਮਕਾਇਆ ਹੈਗਾ। ਪਰ ਹਾਂ, ਬਲੌਗ ਬਣਾਉਣ ਦਾ ਮੇਰਾ ਮੇਨ ਮਕਸਦ ਇਹ ਹੈਗਾ ਕਿਉਂਕਿ ਜੋ ਬੱਗੇ ਦਾ ਕੰਮ ਆ ਉਹ ਪੂਰਾ ਹੀ ਤਾਰੀਫ ਕਰਨ ਯੋਗਾ ਹੈ ਨਾ, ਅਤੇ ਤੁਹਾਨੂੰ ਕੰਮ ਦਿਖਾਵਾਂਗੇ। ਹਜੇ ਐਲਬਮਾਂ ਖੋਲ੍ਹੀਆਂ ਵੀ ਨਹੀਂ ਪਈਆਂ ਨੇ ਬੰਦ, ਮੈਂ ਬਲੌਗ ਸਟਾਰਟ ਕਰਾਂਗੇ ਅਤੇ ਫਿਰ ਹੀ ਦਿਖਾਵਾਂਗੇ ਸਾਰਿਆਂ ਨੂੰ। ਨੰਬਰ ਮੈਂ ਬੱਗੇ ਦਾ ਸਕਰੀਨ 'ਤੇ ਦੇਊਂਗਾ, ਕਿਸੇ ਨੇ ਵੀ ਵਿਆਹ ਦਾ ਪ੍ਰੋਗਰਾਮ ਕੰਟੈਕਟ ਕਰਨਾ ਹੁੰਦਾ ਉਹਨਾਂ ਦੇ ਨਾਲ ਕਰ ਸਕਦਾ। ਬਹੁਤ ਵਧੀਆ ਨੇਚਰ ਆ ਹੈ ਨਾ, ਸਾਡਾ ਤਾਂ ਭਾਈ ਆ ਬੱਗਾ, ਅਸੀਂ ਤਾਂ ਭਰਾਵਾਂ ਵਾਂਗੂ ਹੀ ਰਹਿੰਦੇ ਹੈਗੇ ਹੈ ਨਾ, ਕਿਉਂਕਿ ਜੋ ਉਹ ਕੰਮ ਕਰਦਾ ਬੇਸ਼ੱਕ ਸਾਰੇ ਵਧੀਆ ਕਰਦੇ ਆ, ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਪਰ ਹਾਂ ਜੋ ਉਹਦਾ ਕੰਮ ਉਹ ਸਾਨੂੰ ਬਹੁਤ ਜ਼ਿਆਦਾ ਪਸੰਦ ਆ ਹੈ ਨਾ। ਬਾਕੀ ਉਹਦੇ ਨਾਲ ਜੋ ਪਿਆਰ ਆ ਸਾਡਾ ਉਹ ਹੈਗਾ ਹੀ, ਆ ਕੇ ਹੁਣ ਦਿਖਾਉਂਦੇ ਹਾਂਗੇ ਐਲਬਮਾਂ ਕਿਉਂਕਿ ਸਾਨੂੰ ਵੀ ਇਹ ਚੀਜ਼ ਦੀ ਬਹੁਤ ਐਕਸਾਈਟਮੈਂਟ ਸੀਗੀ ਅਤੇ ਇਹ ਚੀਜ਼ ਬਣਵਾਈ ਆ। ਹਜੇ ਹੀ ਪਈ ਆ ਪੈਕਿੰਗ 'ਚ, ਮੈਂ ਬਲੌਗ ਜਦੋਂ ਬਣਾਉਣਾ ਉਦੋਂ ਹੀ ਖੋਲ੍ਹਣੀ ਆ ਅਸੀਂ ਨੇ ਪੱਕਾ ਦਾ। ਉਦੋਂ ਇਹ ਸਾਡਾ ਪਹਿਲਾਂ ਜਿਹੜੀ ਤੁਹਾਨੂੰ ਮੇਨ ਚੀਜ਼ ਆ ਉਹ ਬਾਅਦ 'ਚ ਦਿਖਾਵਾਂਗੇ, ਪਹਿਲਾਂ ਸਿਰ ਇਹ ਦਿਖਾਵਾਂਗੇ ਅਸੀਂ ਖੋਲ੍ਹੇ ਆ ਕਰਿਓ ਹੁਣ ਮਾੜਾ ਜਿੱਦਣ ਬੜਿਆ ਅਸਲ ਦੇ ਵਿੱਚ ਨਾ ਜੋ ਚੀਜ਼ ਬੱਗੇ ਨੇ ਬਣਾ ਕੇ ਦਿੱਤੀ ਹੈ ਬੜੀ ਜ਼ਿਆਦਾ ਘੈਂਟ ਬਣਾਈ ਦੱਸਿਆ ਬਗੈਰ ਨੂੰ ਉਹੀ ਤਾਂ ਆਪਾਂ, ਮੈਂ ਫਾਲਤੂ ਬੰਦੇ ਦੀ ਕਿਸੇ ਦੀ ਤਾਰੀਫ ਨਹੀਂ ਕਰਦਾ ਹੈਗਾ, ਮੇਰੀ ਆਦਤ ਹੈਗੀ ਇਹ ਚੀਜ਼ਾਂ ਦੀ। ਹਾਂ, ਜੋ ਕੰਮ ਦੀ ਤਾਰੀਫ ਕਰਨੀ ਚਾਹੀਦੀ ਆ ਨਾ ਉਹਦੀ ਕਰਨੀ ਜ਼ਰੂਰੀ ਹੈ। ਜਿਹੜਾ ਮੇਨ ਸੱਪ ਆ ਉਹ ਜੀ ਬਾਅਦ ਵਿੱਚ ਕੱਢਾਂਗੇ ਤੁਹਾਨੂੰ, ਇਹ ਪਹਿਲੀ ਹੈਗੀ ਕੁੱਲਰ ਦੀ ਬਹੁਤ ਘੈਂਟ ਹੈਗੀ। ਫੋਟੋ ਵੀ ਬਹੁਤ ਘੈਂਟ ਲੱਗੀ ਆ, ਤੇੜੀ ਲੱਗੀ ਹੋਈ ਆ ਨਾ। ਪੂਰਾ ਨਾਮ ਜਸੀਰ ਸਿੰਘ, ਸੁਗਨਦੀਪ ਕੌਰ, ਬਹੁਤ ਘੈਂਟ ਚੀਜ਼ ਬਣਾਈ ਆ ਬੱਕੇ ਨੇ। ਥੈਂਕ ਯੂ ਬੱਕੇ, ਤੇਰਾ ਬਹੁਤ ਬਹੁਤ ਧੰਨਵਾਦ ਹੈ ਨਾ। ਦੇਖੋ ਸ਼ੀਸ਼ਾ ਲੱਗਿਆ ਹੋਇਆ ਚੰਗੂਰੀ 'ਚ, ਕਿਉਂਕਿ ਇਹ ਆਪਣੀਆਂ ਯਾਦਗਾਰ ਚੀਜ਼ਾਂ ਹੁੰਦੀਆਂ ਨੇ ਹੈ ਨਾ। ਦੇਖੋ ਨੇੜੇ ਕਿਹੜੇ ਨੂੰ ਮਾੜਾ, ਨੇੜੋਂ ਦਿਖਾ ਦਿਓ। ਕੁਆਲਿਟੀ ਬਹੁਤ ਤਕੜੀ ਹੈ, ਉਹਦੀ ਕੈਮਰਿਆਂ ਦੀ ਕੁਆਲਿਟੀ ਹੈ ਨਾ ਬਹੁਤ ਤਕੜੀ ਕੁਆਲਿਟੀ ਹੈਗੀ। ਸਾਡੇ ਤਾਂ ਇੱਧਰ ਕੁਆਲਿਟੀ ਉਹਦੀ ਤਕੜੀ ਹੈਗੀ। ਵੈਸੇ ਤਾਂ ਹੈਗਾ ਆਪਣਾ ਚੀਮਾ ਸ਼ਹਿਰ ਬੱਗਾ ਫੋਟੋਗ੍ਰਾਫਰ, ਜਿੱਥੇ ਤਾਂ ਕੰਟੈਕਟ ਨੰਬਰ ਵੀ ਹੈਗਾ। ਵੈਸੇ ਲੋਕ ਕਹਿੰਦੇ ਨਾ ਫਾਲਤੂ ਹੀ ਵੈਸੀ ਚੀਜ਼ਾਂ ਆਪਾਂ ਬਣਾਉਣ ਲੱਗ ਗਏ, ਚਲ ਆਪਾਂ ਤਾਂ ਤਾਂ ਬਣਾਈ ਹਨ ਵੀ ਕੰਮ ਦਿਖਾਉਣ ਦੇ ਬਾਰੇ ਨਹੀਂ ਲਾਈਏ ਵੀਡੀਓ। ਮੇਨ ਤਾਂ ਆਪਾਂ ਨੇ ਜੋ ਪੇਜ ਉਹਨੇ ਬਹੁਤ ਘੈਂਟ ਪੇਜ ਵਰਤਿਆ ਹੈਗਾ, ਬਹੁਤ ਸੋਹਣਾ ਬਣਾਇਆ। ਦੋ ਚਾਰ ਫੋਟੋਆਂ ਹੀ ਦਿਖਾਊਂਗਾ ਤੁਹਾਨੂੰ, ਬਾਕੀ ਦੂਜੀ ਵੱਡਾ ਸੱਪ ਉਹ ਕੱਢਾਂਗੇ ਤੁਹਾਨੂੰ ਬਾਅਦ 'ਚ। ਆਹ ਬਾਰਡਰ ਵਾਲੀਆਂ ਆ ਗਈਆਂ, ਆਹ ਮੇਰੀ ਬੇਬੀ ਜੀ ਆ ਗਏ। ਚਲੋ ਅੱਜ ਤਾਂ ਇਹ ਐਲਬਮ ਦੇਖ ਨਹੀਂ ਸਕੇ, ਪਹਿਲੀ ਸਵਰਗਵਾਸ ਹੋ ਗਈ।
ਚਲੋ ਟਾਈਮ ਟਾਈਮ ਦੀਆਂ ਗੱਲਾਂ ਨੇ, ਹੈ ਨਾ। ਬਾਕੀ ਬਹੁਤ ਘੈਂਟ ਪਿਆਰ ਨੂੰ ਬਣਾਈ ਜਾਓ, ਬਾਹਲੀ ਜ਼ਿਆਦਾ ਘੈਂਟ ਬਣਾਈ ਹੋਈ ਚੀਜ਼ ਆ ਨਾ, ਵਾਰੀ ਵਾਰੀ ਕਹੀ ਜਾਈਏ ਉਹ ਗੱਲਾਂ ਨਾ, ਪਰ ਜੋ ਤਾਰੀਫ ਕਰਨ ਜੋਗਾ ਉਹ ਤਾਰੀਫ ਕਰਨ ਜੋਗਾ ਚੀਜ਼ ਆ ਨਾ, ਜਿਹਦੇ ਪੈਸੇ ਵੀ ਫੌਜ ਲੱਗੇ ਹੋਏ ਨੇਗੇ। ਬਾਕੀ ਅਸੀਂ ਬਾਅਦ 'ਚ ਦੇਖਾਂਗੇ, ਨਹੀਂ ਬੰਦ ਕਰੀਏ ਹੁਣ, ਵੱਡਾ ਸੱਪ ਕੱਢੀਏ ਪਹਿਲਾਂ। ਅਸਲ ਦੇ ਵਿੱਚ ਆਹ ਹੈ ਖਜ਼ਾਨਾ ਜਿਹੜਾ ਨਾਗਮਣੀ, ਇਹ ਗੁੱਲੂ ਕਿਵੇਂ ਹੋਣਾ। ਤਾਂ ਇੱਕ ਮਿੰਟ ਪਿੱਛੇ ਨੂੰ ਕਰਕੇ ਦਿਖਾ ਦਿਓ, ਮੈਂ ਪਿੱਛੇ ਨੂੰ ਵਿੱਚ ਆ ਗਈ ਪੂਰੀ। ਚੀਜ਼ਾਂ ਇਹ ਚੀਜ਼ਾਂ ਜਿਹੜੀਆਂ ਚੀਜ਼ਾਂ ਨੇ ਇਹ ਬਹੁਤ ਕੀਮਤੀ ਆ ਗਈ। ਆ ਜਾਓ ਆ ਜਾਓ ਬੱਗੇ ਦਾ ਕੰਟੈਕਟ ਨੰਬਰ ਹੈਗਾ, ਜੇ ਜੂਮ ਆਉਂਦਾ ਹੋਇਆ ਦਿਖਾ ਦੇ ਪੂਰਾ। ਇੱਕ ਮਿੰਟ ਥੋੜਾ ਜੂਮ ਅੱਗੇ ਕਰ, ਬੱਗਾ ਕੋਟੜਾ ਨਵਾਂ 98151974 ਬੱਗਾ ਫੋਟੋਗ੍ਰਾਫ ਬੱਗਾ ਸਟੂਡੀਓ। ਹਾਂ ਬੋਲੀ ਇਹਨਾਂ ਨੂੰ ਦਿਖਾਈਏ ਮੇਨ ਚੀਜ਼। ਦੇਖੋ ਜੀ ਇਹ ਚੀਜ਼ਾਂ ਫੋਟੋ ਤਾਂ ਕਰਕੇ ਦਿਖਾ, ਫੇਸਬੁੱਕ ਇਹ ਕਰ ਦਿੰਦੇ ਐਂ ਕਰ ਜਾਓ। ਇਹ ਦੇਖੋ ਬਾਅਦ 'ਚੋਂ ਦਿਖਾਵਾਂਗੇ ਜੀ, ਤੁਹਾਨੂੰ ਚੀਜ਼ਾਂ ਦਿਖਾ ਦਈਏ ਜੀ ਕੀ ਕੁਛ ਪਿਆ ਹੋਇਆ ਮੇਨ ਇਹਦੇ ਵਿੱਚ। ਇਹਦਾ ਲਿਫਾਫਾ ਫੋਟੋ ਜਿਹੜੀ ਪੌਂਕੇ ਦੀ ਮੇਜ਼ 'ਤੇ ਰੱਖ ਲੈਂਦੇ ਹਾਂ ਮੂਹਰੇ, ਹੈ ਨਾ, ਇਹ ਉਹ ਚੀਜ਼ ਹੈਗੀ। ਅਤੇ ਇਹ 'ਚ ਦੋ ਛੱਲੇ ਛੱਲੇ ਆਏ ਨੇ ਇਹਦੇ ਵਿੱਚ, ਹੁਣ ਫੋਨ ਨੂੰ ਅਤੇ ਇੱਕ ਆਪਣਾ ਕੈਲੰਡਰ ਹੈ, 'ਚ 2024 ਦਾ ਕੈਲੰਡਰ ਹੈਗਾ, ਸਿੱਧਾ ਕਰੀ ਨੂੰ ਇੱਧਰ ਆਇਆ ਹੋਊਗਾ ਸਿੱਧਾ ਇਹ। ਅਤੇ 2024 ਤੋਂ ਸਟਾਰਟ ਆ ਗਿਆ ਇਹ ਡੈਰੀ ਹੈਗੀ, ਇਹ ਛੋਟੀ ਮਿੰਨੀ ਐਲਬਮ ਹੈਗੀ ਮੈਨੂੰ ਲੱਗਦਾ, ਵੈਸੇ ਨਾ ਡੈਰੀ ਬਣਾ ਕੇ ਦਿੰਦੇ ਮਾਸਟਰ ਪੀਸ ਹੈ, ਅਤੇ ਹਾਂ ਆਪਾਂ ਨੂੰ ਇਹਨਾਂ ਨੇ ਆਪਣੇ ਮਿੰਨੀ ਐਲਬਮ ਬਣਾ ਮਾਸਟਰ ਪੀਸ ਹੈ ਇਹ। ਹਾਂਜੀ ਅਤੇ ਇਹ ਫੋਟੋਆਂ ਨੇ ਛੋਟੀਆਂ ਵਾ ਸਾਰੀਆਂ, ਜੱਟ ਦੀ ਫੋਟੋ ਸਾਡਾ ਬਾਪੂ ਇੱਥੇ ਜਿਹਨੂੰ ਕਹਿੰਦੇ ਆ ਜਾਓ ਆ ਦੇਖੋ ਆ ਸਾਡੇ ਡੈਡੀ ਜੀ ਦੋਨੇ ਡੈਡੀ ਜੀ ਕਰਾਈਆਂ ਸੀ ਫੋਟੋਆਂ ਬਾਈ ਫੋਟੋਆਂ ਸਾਡੀਆਂ ਇਹਨਾਂ 'ਚ। ਮਾਇਕ ਜੀ ਖੜੇ ਨੇ ਸਾਡੇ, ਮਾਇਕ ਜੀ ਖੜੇ ਨੇ ਸਹੀ ਫੋਟੋਆਂ ਨੇ ਇਹਦੇ ਵਿੱਚ, ਇਹ ਚੀਜ਼ਾਂ ਸੀ ਇਹਦੇ ਵਿੱਚ। ਬਾਕੀ ਜੇਕਰ ਕਿਸੇ ਨੇ ਕੰਟੈਕਟ ਕਰਨਾ ਹੋਵੇ, ਹੈ ਨਾ, ਇਹਦੇ ਨੰਬਰ ਵੈਸੇ ਮੈਂ ਸਕਰੀਨ 'ਤੇ ਬੱਗੇ ਦਾ ਦੇਊਂਗਾ ਜ਼ਰੂਰ, ਕਿਉਂਕਿ ਕੋਈ ਸਿਰਫ ਜਾਇਜ਼ ਰੇਟਾਂ ਦੀ ਬਣਾ ਕੇ ਦਿੰਦਾ, ਚੱਲ ਸਾਡੇ ਤਾਂ ਭਾਈਆਂ ਵਾਲਾ ਕੰਮ ਆ, ਆਪਾਂ ਤਾਂ ਕਦੇ ਸਾਡੇ 'ਤੇ ਨਾ ਪੈਸਾ ਆਇਆ ਅੱਜ ਤੱਕ, ਹੈ ਨਾ, ਅਤੇ ਨਾ ਕਦੇ ਆਵੇ ਰੱਬ ਸ਼ੁਕਰ ਰੱਖੇ, ਹੈ ਨਾ, ਕਿਉਂਕਿ ਅਸੀਂ ਜੋ ਵਰਤ ਰਹੇ ਹਾਂ ਅਸੀਂ ਪਿਆਰ ਦੇ ਵਰਤ ਰਹੇ ਹੈਗੇ, ਹੈ ਨਾ,
ਨਾ ਖਜੂਰ ਤੇ ਚੜੀਏ ਨਾ ਸੁੱਖ ਦਈਏ ਤੇ ਬਾਕੀ ਸਾਰਿਆਂ ਦਾ ਧੰਨਵਾਦ, ਥੈਂਕ ਯੂ, ਮਿਲਦੇ ਹਾਂ ਅਸੀਂ ਤੁਹਾਨੂੰ ਅਗਲੇ ਵਲੌਗ 'ਚ, ਥੈਂਕ ਯੂ।